ਸ੍ਰੀ ਵਾਹਿਗੁਰੂ ਸਾਹਿਬ ਜੀ ਨਿਹਚਾ ਪ੍ਰਸਾਦ ਪਾਵੇ ਜੈਸੇ ਪਰਖਤ ਹੀਰਾ ਮਾਣਕ ਪਾਤਸ਼ਾਹ ਖਨ ਜਗ ਵਿਖੇ ਪ੍ਰਗਟਾਵੇ ਜੈਸੇ ਬਨ ਵਿਖੇ ਮਲਿਆਗਰ ਸੌਦਾ ਕਪੂਰ ਸੂਰ ਕੈ ਸੁਭਾਸੀ ਸੁਭਾਸ ਬੇਸਾਵਈ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਹਸਤੀ ਸਿਰ ਜੋ ਅੰਕਸ ਹੈ ਅਹਿਰਨ ਜਿਉਂ ਸਿਰ ਦੇ ਮਨ ਤਨ ਆਗੈ ਰਾਖ ਕੈ ਉਹ ਭੀ ਸੇਵ ਕਰੇ ਹਸਤੀ ਸਿਰ ਜੋ ਅੰਕਸ ਹੈ ਅਹਿਰਨ ਜਿਉਂ ਸਿਰ ਦੇ ਮਨ ਤਨ ਆਗੈ ਰਾਖ ਕੈ ਉਹ ਭੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸਿਸ਼ਟ ਕਾਲੇ ਨਾਨਕ ਗੁਰਮੁਖ ਬੂਝੀਐ ਜਾਂ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਣ ਨਾਨਕ ਕੁਲ ਉਧਾਰ ਹੈ ਆਪਣਾ ਦਰਗਹ ਪਾਵ ਹੈ ਮਾਣ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆਂ ਜਿਨ੍ਹਾਂ ਗੁਰ ਪਿਆਰਾ ਮਨ ਚਿਤ ਤਿਨਾ ਭਾਉ ਗੁਰੂ ਦੇਵਾਈਆ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤਿ ਅਜੂਨੀ ਸਹਿ ਪੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪੇ ਹੋ ਗੁਰੂ ਗ੍ਰੰਥ ਜੀ ਜਾਨ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਧਨ ਸਿਰ ਚਰਨਨ ਪਰਧਾਰ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਦਲ ਖੈ ਬਦਰੋ ਸੁਨੈ ਜੋ ਕਾਲ ਕ੍ਰਿਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੇ ਬਰਨ ਸਕੈ ਮਹਿਮਾ ਜੋ ਤਿਹਾਰੇ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਆਪ ਸਾਰੀਆਂ ਸੰਗਤਾਂ ਗੁਰੂ ਨਾਨਕ ਦੇ ਦਰਬਾਰ ਦੇ ਅੰਦਰ ਸੁਸ਼ੋਭਿਤ ਹੋ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੰਮ੍ਰਿਤ ਵੇਲੇ ਦਾ ਆਇਆ ਹੋਇਆ ਮੁੱਖ ਵਾਕ ਆਪ ਜੀ ਨੇ ਫਿਰ ਦੁਬਾਰੇ ਸਰਵਣ ਕੀਤਾ ਹੈ ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਉਪਰੰਤ ਜੋ ਮੁੱਖ ਵਾਕ ਦੀ ਵਿਚਾਰ ਦਾ ਸਮਾਂ ਹੈ ਆਓ ਮਨ ਬਿਰਤੀ ਇਕਾਗਰ ਕਰਕੇ ਸੁਣੋ ਜੀ ਸਲੋਕ ਮਹੱਲਾ ਤੀਜਾ ਹਸਤੀ ਸਿਰ ਜੋ ਅੰਕਸ ਹੈ ਅਹਿਰਨ ਜਿਉ ਸਿਰ ਦੇ ਸਾਸੂ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਮੁੱਖ ਵਾਕ ਸੋਠ ਦੀ ਵਾਰ ਹੈ ਵਾਰ ਦਾ ਅਰਥ ਪੌੜੀਆਂ ਹੁੰਦਾ
ਤੇ ਕੁਝ ਵਾਰਾਂ ਇਸ ਟਾਈਮ ਜਿਹੜੀਆਂ ਪੌੜੀਆਂ ਦੇ ਸਮੇਤ ਹੁੰਦੀਆਂ ਨੇ, ਜਿਵੇਂ ਅਸਲ ਦੀ ਵਾਰ ਹੈ ਤੇ ਇਹਦੇ ਚ ਪੌੜੀਆਂ ਸਾਰੀਆਂ ਗੁਰੂ ਨਾਨਕ ਸਾਹਿਬ ਦੀਆਂ ਨੇ, ਸਲੋਕ ਦੇ ਮਹੱਲੇ ਰਲਵੇਂ ਨੇ। ਤੋ ਇਸੇ ਤਰ੍ਹਾਂ ਸਾਧ ਸਿੰਘ ਜੀ ਬਸੰਤ ਦੀ ਵਾਰ ਹੈ ਜਾਂ ਚੰਡੀ ਦੀ ਵਾਰ ਹੈ, ਪੌੜੀਆਂ ਪੌੜੀਆਂ। ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਜਿਹੜੀਆਂ 22 ਵਾਰਾਂ ਨੇ ਇਹਦੇ ਸਲੋਕ ਔਰ ਮਹੱਲੇ ਮਿਲਵੇਂ ਨੇ। ਸਲੋਕ ਤੇ ਮਹੱਲਾ ਤੀਸਰੇ ਪਾਤਸ਼ਾਹ ਦਾ ਤੇ ਪੌੜੀ ਇਹਦੇ ਵਿੱਚ ਗੁਰੂ ਰਾਮਦਾਸ ਦੀ, ਸੋਲਠ ਦੀ ਵਾਰ ਜਿਹੜੀ ਹੈ ਚੌਥੇ ਪਾਤਸ਼ਾਹ ਦੀ ਹੈ, 647 ਔਰ 48 ਅੰਗ ਦੇ ਉੱਤੇ। ਜਿਸ ਪ੍ਰਕਾਰ ਇਹ ਅੰਮ੍ਰਿਤ ਵਚਨ ਹੈ, ਗੁਰਸਿੱਖਾਂ ਨੇ ਗੋਬਿੰਦਵਾਲ ਸਾਹਿਬ ਪੁੱਛਿਆ ਮਹਾਰਾਜ ਨੂੰ ਗਰੀਬ ਨਿਵਾਜ ਵੀ ਸੇਵਾ ਦਾ ਪ੍ਰਕਾਰ ਦੱਸੋ, ਸੇਵਾ ਸਫਲੀ ਕਿਵੇਂ ਹੋ ਸਕਦੀ ਹੈ, ਔਰ ਸੇਵਾ ਦੀ ਜਾਂਚ ਦੱਸੋ ਸੇਵਾ ਕਿਵੇਂ ਹੋ ਸਕਦੀ ਹੈ। ਮਹਾਰਾਜ ਸਾਹਿਬ ਨੇ ਫਿਰ ਇਹ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ। ਇਹ ਤੁਕਦੇ 'ਚ ਦੋ ਦ੍ਰਿਸ਼ਟਾਂਤ ਹਨ, ਇੱਕ ਤਾਂ ਹਾਥੀ ਔਰ ਕੁੰਡੇ ਦਾ ਦ੍ਰਿਸ਼ਟਾਂਤ ਹੈ, ਇੱਕ ਹਥੌੜੇ ਔਰ ਅਹਿਰਣ ਦਾ ਹੈ। ਉਹ ਜਿਸ ਪ੍ਰਕਾਰ ਆ ਰਿਹਾ ਸੁਣੋ ਜੀ। ਹਸਤੀ ਸਿਰ ਜੋ ਅੰਕਸ ਹੈ, ਮਹਾਰਾਜ ਸਾਹਿਬ ਨੇ ਪਹਿਲਾਂ ਤਾਂ ਕਿਹਾ, ਕਹਿੰਦੇ ਵੀ ਦੇਖੋ ਹਸਤੀ ਨਾਮ ਹਾਥੀ ਦਾ ਹੈ ਤੇ ਹਾਥੀ ਦੇ ਸਿਰ ਦੇ ਉੱਤੇ ਕੁੰਡਾ ਹੈ, ਜਿਹਦੇ ਭੈ ਕਰਕੇ ਹਾਥੀ ਜਿਹੜਾ ਹੈ ਹਥਵਾਨ ਦੇ ਵਸ ਵਿੱਚ ਰਹਿੰਦਾ, ਜਿੱਧਰ ਨੂੰ ਤੋਰੇ ਉੱਧਰ ਨੂੰ ਤੁਰਦਾ, ਸਭ ਤੋਂ ਕੱਦਾਵਰ ਜਾਨਵਰ ਹੈ। ਜਿੰਨਾ ਉਹ ਕੁੰਡੇ ਤੋਂ ਡਰਦਾ ਕਿਸੇ ਚੀਜ਼ ਤੇ ਨਹੀਂ ਡਰਦਾ, ਤੇ ਕੁੰਡੇ ਦਾ ਭੈ ਕਰਦਾ ਹੈ ਤੇ ਸਾਰਿਆਂ ਵਿੱਚ ਬਲਵਾਨ ਤੇ ਕੱਦਾਵਰ ਜਾਨਵਰ ਹੈ। ਇਹ ਦ੍ਰਿਸ਼ਟਾਂਤ ਦੇ ਰਹੇ ਨੇ ਕਿ ਜਿਹਦੇ ਨਾਲ ਹਾਥੀ ਦੇ ਕੁੰਡੇ ਦੇ ਉੱਤੇ ਹਥਵਾਨ ਦੇ ਹੱਥ ਵਿੱਚ ਕੁੰਡਾ ਹੈ। ਅਹਰਣ ਜੋ ਸਿਰ ਦੇ, ਅਹਰਣ ਲੋਹੇ ਦਾ ਇੱਕ ਢੇਲਾ ਹੁੰਦਾ ਹੈ ਲੁਹਾਰਾਂ ਦੇ ਕੋਲ, ਉਹਦੇ ਉੱਤੇ ਗਰਮ ਤੇ ਜਾਂ ਠੰਡਾ ਲੋਹਾ ਕੁੱਟਦਾ ਹੈ ਹਥੌੜਿਆਂ ਦੇ ਨਾਲ। ਉਹ ਕਹਿੰਦੇ ਵੀ ਜੀ ਅਹਿਰਣ ਹੈ ਤੇ ਇਹਨੇ ਆਪਣਾ ਸਿਰ ਹਥੌੜਿਆਂ ਦੇ ਹੇਠ ਦਿੱਤਾ ਹੋਇਆ। ਸੱਟਾਂ ਇਕੱਲੇ ਲੋਹੇ ਨੂੰ ਨਹੀਂ ਵੱਜਦੀਆਂ, ਅਹਿਰਣ ਨੂੰ ਵੀ ਵੱਜ ਰਹੀਆਂ, ਪਰ ਉਹ ਅਚਲ ਰਹਿੰਦੀ ਹੈ, ਸੱਟਾਂ ਖਾ ਕੇ ਵੀ ਅਚਲ ਰਹਿੰਦੀ ਹੈ। ਅਹਿਰਣ ਜਿਉਂ ਸਿਰ ਦੇ, ਇਹ ਜਿਹੜੇ ਦੋ ਦ੍ਰਿਸ਼ਟਾਂਤ ਹਨ। ਮਨ ਤਨ ਆਗੈ ਰਾਖ ਕੈ, ਮਾਰੇ ਕਹਿੰਦੇ ਗੁਰਸਿੱਖੋ ਇਸੇ ਤਰ੍ਹਾਂ ਇਹ ਸਮਝੋ ਵੀ ਮਨ ਰੂਪੀ ਹਾਥੀ ਹੈ, ਗੁਰੂ ਹੈਗਾ ਹਥਵਾਨ ਦੀ ਨਿਆਈ, ਗੁਰੂ ਹਥਵਾਨ ਦੇ ਕੋਲ ਤੇ ਉਹਦੀ ਆਗਿਆ ਮੰਨਣ ਰੂਪ ਉਹਦਾ ਉਪਦੇਸ਼ ਰੂਪ ਕੁੰਡਾ ਹੈ ਗੁਰੂ ਦੇ ਕੋਲ, ਤੇ ਮਨ ਹੰਕਾਰ ਦੇ ਸਹਿਤ ਹਾਥੀ ਹੈ, ਨਾਨਕ ਹਸਤੀ ਕੁੰਡੇ ਬਾਹਰ ਆ ਫਿਰ ਉਜੜ। ਤੇ ਇਹ ਮਨ ਰੂਪੀ ਹਾਥੀ ਗੁਰੂ ਦੇ ਹੱਥ ਗੁਰੂ ਹਥਬਾਨ ਦੇ ਤੇ ਹੁਕਮ ਰੂਪੀ ਜਾਂ ਉਪਦੇਸ਼ ਰੂਪੀ ਕੰਡੇ ਦੇ ਨਾਲ ਹੀ ਇਹ ਬਸ ਚਾਹ ਸਕਦਾ, ਨਹੀਂ ਤਾਂ ਹਾਥੀ ਦੀ ਤਰ੍ਹਾਂ, ਜਿਵੇਂ ਹਾਥੀ ਵੱਡਾ ਬਲਵਾਨ ਹੈ ਤੇ ਹੰਕਾਰ ਦੇ ਸਹਿਤ ਮਨ ਵੀ ਵੱਡਾ ਬਲਵਾਨ ਹੈ, ਤੇ ਇਸ ਪ੍ਰਕਾਰ ਹਸਤੀ ਸੀ ਜੋ ਅੰਕ ਸਹਿ ਅਹਿਰਣ ਜੋ ਸਿਰ ਦੇ, ਮਨ ਤਨੇ ਅੱਗੇ ਰੱਖ ਕੇ ਆਪਣਾ ਮਨ, ਮਨ ਕੀ ਹੈ ਜਿਹੜੀ ਸਾਸੀ ਅੰਤਸ਼ ਕਰਨ ਦੀ ਕਲਪਨਾ ਰੂਪ ਬਿਰਤੀ ਹੈ ਉਹਨੂੰ ਮਨ ਕਹਿੰਦੇ, ਚਿੱਤ ਕੀ ਹੈ ਜਿਹੜੀ ਚਿਤਮਣੀ ਰੂਪ ਬਿਰਤੀ ਹੈ ਉਹਨੂੰ ਚਿੱਤ ਕਹਿੰਦੇ, ਅੰਤਸ਼ ਕਰਨ ਦੀਆਂ ਇਹ ਅਲੱਗ ਅਲੱਗ ਬਿਰਤੀਆਂ, ਚਿਤਮਣੀ ਵੀ ਚਿੰਤਾ ਤੁਰ ਹੋ ਕਰਕੇ ਜਿਹੜੀ ਕੀਤੀ ਜਾਂਦੀ ਹੈ ਪਰਲੋਕ ਦੀ ਚਿੰਤਾ ਕਰਨੀ, ਕਲਪਨਾ ਵੀ ਜਿਹੜੀ ਹੋਣੀ ਨਾ ਮਾਇਆ ਦੀ ਨਾ ਵਿਸ਼ੇ ਵਿਕਾਰਾਂ ਦੀ ਨਾ ਸੰਬੰਧੀਆਂ ਦੀ, ਕੇਵਲ ਪਰਮਾਤਮਾ ਦੀ ਹੋਣੀ। ਮਨ ਤਨ ਆਗੈ ਰੱਖ ਕੇ ਇਹ ਗੁਰੂ ਨੂੰ ਜਾਣੀ ਤਾਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਤੇ ਜਿਵੇਂ ਕਬੀਰ ਸਾਹਿਬ ਨੇ ਕਿਹਾ, ਕੰਚਨ ਸਿੰਘ ਪਾਈਆ ਨਹੀਂ ਤੋਲ, ਮਨ ਦੇ ਰਾਮ ਲਈ ਹੈ ਮੋਲ। ਮਨ ਤਨ ਆਗੇ ਰੱਖ ਕੇ ਗੁਰੂ ਦੇ ਭੇਟਾ ਕਰ ਦੇਣਾ, ਮਨ ਤਨ ਆਗੇ ਰੱਖ ਕੇ ਤੇ ਉਭੀ ਸੇਵ ਕਰੇ। ਉਭੀ ਕਹਿੰਦੇ ਖੜੇ ਹੋ ਕੇ ਸਮਾਹਤ ਚਿੱਤ, ਜਿਹੜੀ ਹਰ ਵੇਲੇ ਸੇਵਾ ਚ ਹਾਜ਼ਰ ਰਹਿਣਾ ਸਿੱਖ ਨੇ, ਵੀ ਜੋ ਗੁਰੂ ਆਗਿਆ ਕਰੂਗਾ। ਖੜੇ ਹੋਣ ਦਾ ਮਤਲਬ ਇਹੀ ਹੈ, ਗੁਰੂ ਦੀ ਆਗਿਆ ਚ ਚੱਲਣਾ, ਕਾਰੋਬਾਰ ਕਰਨਾ, ਉਹ ਹੁਕਮ ਚ ਰਹਿਣਾ, ਇਹ ਖੜੇ ਹੋਣਾ ਇਹ ਹੈ। ਜਦੋਂ ਗੁਰੂ ਦੀ ਹੁਕਮ ਚ ਖੜਿਆ, ਕਹਿੰਦਾ ਵੀ ਤੂੰ ਕਿਤੇ ਖੜੇਗਾ ਵੀ, ਉਹਦਾ ਕੀ ਮਤਲਬ ਹੁੰਦਾ ਹੈ? ਗੁਰੂ ਦੀ ਆਗਿਆ ਵਿੱਚ ਖਲੋਣਾ,
ਗੁਰੂ ਦੀ ਆਗਿਆ ਵਿੱਚ ਨੇ ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ। ਇਉਂ ਸਮਾਧ ਜਿੱਤੇ ਸੇਵਾ ਕਰੇ, ਖੜੇ ਹੋ ਕਰਕੇ ਟਿਕਾ ਕੇ ਮਨ ਨੂੰ, ਇਉਂ ਗੁਰਮੁਖ ਆਪ ਨਿਵਾਰੀ ਹੈ। ਇਉਂ ਗੁਰਮੁਖ ਜਿਹੜੇ ਆਪਣੇ ਆਪ ਨੂੰ ਆਪਣੇ ਮਨ ਨੂੰ ਨੀਵਾਂ ਕਰ ਲੈਣ, ਜਿਵੇਂ ਐਰਨ ਨੇ ਆਪਣਾ ਮਨ ਸਾਧ ਸਿੰਘ ਜੀ ਕੀਤਾ ਇਸੇ ਤਰ੍ਹਾਂ, ਤੇ ਐਰਨ ਦੀ ਰਿਆਈ ਸਾਡੇ ਬੁੱਧ ਹੈ, ਤੇ ਲੁਹਾਰ ਦੀ ਰਿਆਈ ਫਿਰ ਗੁਰੂ ਸਾਹਿਬਨ। ਉਹ ਉਪਦੇਸ਼ ਗਿਆਨ ਦੇ ਜਾਂ ਵੇਦ ਸ਼ਾਸਤਰਾਂ ਦੇ ਦ੍ਰਿਸ਼ਟਾਂਤ ਪ੍ਰਮਾਣ ਦੇ ਹਥੌੜੇ ਮਾਰਦੇ ਹੈ, ਤੇ ਐਰਨ ਅਚਲ ਰਹਿੰਦੀ। ਜਿਹਦੀ ਸਿੱਖ ਦੀ ਬੁੱਧ ਅਚਲ ਹੋ ਗਈ ਤੇ ਉਹਦੇ ਤੇ ਫਿਰ ਮਹਾਰਾਜ ਸਾਹਿਬ ਜੀ ਗਿਆਨ ਦਾ ਕੁੰਡਾ ਘੜਦੇ। ਉਹ ਗਿਆਨ ਦਾ ਕੁੰਡਾ ਕਿਹਦੇ ਵਾਸਤੇ ਘੜਦੇ ਆ? ਮਨ ਰੂਪੀ ਹਾਥੀ ਨੂੰ ਕਾਬੂ ਕਰਨ ਵਾਸਤੇ। ਇਉਂ ਗੁਰਮੁਖ ਆਪ ਨਿਵਾਰੀ ਹੈ, ਜਿਨ੍ਹਾਂ ਨੇ ਮਨ ਨੀਵਾਂ ਕਰ ਲਿਆ ਹੈ। ਸਭ ਰਾਜ ਸ੍ਰਿਸ਼ਟ ਕਾਲੇ, ਜਿਵੇਂ ਹਾਥੀ ਦੇ ਉੱਤੇ ਕੁੰਡਾ ਛੋਟਾ ਜਿਹਾ ਹੁੰਦਾ ਲੋਹੇ ਦਾ, ਉਹ ਕੁੰਡੇ ਤੋਂ ਡਰਦਾ ਜਿੱਧਰ ਨੂੰ ਹਥਵਾਨ ਤੋਰੇ ਤੁਰਦਾ। ਉਹਦਾ ਹੁਕਮ, ਹੁਕਮ ਦਾ ਅਰਥ ਹੀ ਰਾਜ ਹੁੰਦਾ, ਰਾਜ ਦਾ ਅਰਥ ਹੀ ਹੁਕਮ ਹੁੰਦਾ। ਕੁੰਡੇ ਦਾ ਰਾਜ ਚੱਲ ਰਿਹਾ, ਕੁੰਡੇ ਦਾ ਹੁਕਮ ਚੱਲ ਰਿਹਾ। ਮਾਇਆ ਅਮਰ ਵਰਤਾਇਆ, ਇਹ ਹੁਕਮ ਦਾ ਹੀ ਬੋਧਕ ਸ਼ਬਦ ਹੈ। ਇਹਦੇ ਸਾਧ ਸਿੰਘ ਜੀ ਨੂੰ ਹੋਰ ਵੀ ਸਪਸ਼ਟ ਕਰਨ ਵਾਸਤੇ ਇਹ ਦ੍ਰਿਸ਼ਟਾਂਤ ਨੂੰ ਜੇ ਚੰਗੀ ਤਰ੍ਹਾਂ ਸਾਧ ਸਿੰਘ ਜੀ ਸਮਝੀਏ, ਬਾਕੀ ਦਾ ਸ਼ਬਦ ਚਲੋ ਆਪਾਂ ਸੰਖੇਪ ਕਰ ਲਵਾਂਗੇ। ਤੇ ਲੋਹਾ ਜਿਹੜਾ ਹੈ, ਲੋਹੇ ਦਾ ਇੱਕ ਸੁਭਾਅ ਹੈ, ਜਿੱਥੇ ਅੱਠਾਂ ਧਾਤਾਂ ਦੇ ਵਿੱਚ ਸੋਨਾ ਚਾਂਦੀ ਲੋਹਾ ਜਿਸਤ ਕੱਲੀ ਤਾਂਬਾ ਸਿੱਕਾ ਤੇ ਪਾਰਾ, ਇਹ ਅੱਠ ਧਾਤਾਂ ਨੇ। ਸਾਡਾ ਸਰੀਰ ਵੀ ਅੱਠਾਂ ਧਾਤਾਂ ਦਾ, ਧਰਤੀ ਦੇ ਵਿੱਚੋਂ ਨਿਕਲਦਾ ਹੈ, ਪਰ ਇਹ ਲੋਹਾ ਜਿਹੜਾ ਬਹੁਤ ਸ਼ਕਤੀਸ਼ਾਲੀ ਹੈ, ਇਹ ਤੋਂ ਬਿਨਾਂ ਮਕਾਨ ਨਹੀਂ ਬਣਦੇ। ਬਹੁਤ ਸਾਰੇ ਕਾਰਜ ਜਿਹੜੇ ਲੋਹੇ ਦੇ ਚੱਲ ਰਹੇ, ਲੋਹੇ ਤੋਂ ਬਿਨਾਂ ਸਖ਼ਤ ਹੈ, ਜਿੰਨਾ ਕਿ ਇਹਨੂੰ ਨਰਮ ਕਰਨ ਜੇ ਨਰਮ ਵੀ ਹੈ, ਇਹ ਸਖ਼ਤ ਹੈ ਬਹੁਤ। ਪਰ ਲੋਹੇ ਦੇ ਵਿੱਚ ਇੱਕ ਸੁਭਾਅ ਹੈ ਵੀ ਜੇ ਦੇਰ ਤੱਕ ਲੋਹੇ ਦੀ ਸੰਭਾਲ ਨਾ ਕਰੀ ਜਾਏ, ਲੋਹੇ ਦਾ ਟੁਕੜਾ ਕਿਤੇ ਬਾਹਰ ਡਿੱਗ ਗਿਆ ਪਿਆ ਰਹੇ, ਦੋ ਚਾਰ ਬਰਸਾਤਾਂ ਲੰਘ ਜਾਣ, ਉਹਦੀ ਸ਼ਕਲ ਵਿਗੜ ਜਾਂਦੀ, ਉਹਨੂੰ ਜਰ ਪੈ ਜਾਏਗੀ। ਲੋਹੇ ਦੇ ਵਿੱਚ ਸ਼ੀਸ਼ੇ ਦੀ ਤਰ੍ਹਾਂ ਚਮਕ ਹੈ, ਪਰ ਇਹਦੀ ਚਮਕ ਖਤਮ ਕਿਵੇਂ ਹੁੰਦੀ ਹੈ? ਜਦੋਂ ਲੋਹੇ ਦੇ ਮੈਲ ਜੰਮ ਜਾਏ, ਜਰ ਜੰਮ ਲੱਗ ਜਾਏ, ਫਿਰ ਉਹਦਾ ਰੂਪ ਵਿਗੜ ਜਾਂਦਾ। ਤੇ ਲੋਹੇ ਨੂੰ ਤਾਂ ਸਾਧ ਸਿੰਘ ਜੀ ਇੱਕ ਜਾਂ ਦੋ ਬਰਸਾਤਾਂ ਲੰਘੀਆਂ ਤੋਂ ਆਪਦਾ ਹਾਲ ਹੋ ਜਾਂਦਾ ਹੈ। ਜਿਹੜੇ ਮਨ ਨੂੰ ਸਾਧ ਸਿੰਘ ਜਨਮਾਂ ਜਨਮਾਤਰੀ ਦੀਆਂ ਬਰਸਾਤਾਂ ਲੰਘ ਗਈਆਂ, ਜਨਮ ਜਨਮ ਕੀ ਇਸ ਮਨ ਕੋ ਮਰ ਲੱਗ ਗਈ। ਇਹ ਲੋਹੇ ਦੇ ਟੁਕੜੇ ਦੀ ਨਿਆਈ ਮਨ ਹੈ ਗੁਰੂ ਪਿਆਰਿਓ, ਵੀ ਇਹਨੂੰ ਜਿਹੜਾ ਵਿਕਾਰਾਂ ਦੀ ਜਰ ਲੱਗ ਗਈ ਹੈ। ਇਹਦੀ ਜਿਹੜੀ ਆਪਣੀ ਚਮਕ ਸੀ ਬ੍ਰਹਮ ਨੂੰ ਦੇਖਣ ਦੀ, ਆਪਣਾ ਸਰੂਪ ਦੇਖਣ ਦੀ, ਉਹ ਤਾਂ ਖਤਮ ਹੋ ਗਈ। ਜਰ ਦਿਸ ਰਹੀ ਹੈ, ਲੋਹ ਤਾਂ ਦਿਸਦਾ ਹੀ ਨਹੀਂ। ਮਨ ਦੇ ਮੰਦੇ ਖਿਆਲ ਦਿਸ ਰਹੇ ਨੇ ਸਾਨੂੰ, ਮਹਿਸੂਸ ਹੋ ਰਹੇ ਨੇ, ਮਨ ਦੇ ਵਿੱਚੋਂ ਤਰੰਗਾਂ ਉੱਡਦੀਆਂ ਪਿਛੇ ਵਿਕਾਰਾਂ ਦੀਆਂ, ਲੋਭ ਲਾਲਚ ਦੀਆਂ, ਮਨ ਤਾਂ ਦਿਸਦਾ ਹੀ ਨਹੀਂ। ਕਹਿੰਦੇ ਫਿਰ ਉਹ ਜਿਹੜਾ ਟੁਕੜਾ ਲੋਹੇ ਦਾ ਰੁੜਦਾ ਫਿਰਦਾ ਸੀ, ਹਮ ਰੁਲਤੇ ਫਿਰਦੇ ਕੋਈ ਬਾਤ ਨਾ ਪੁੱਛਦਾ, ਜਿਵੇਂ ਲੋਹੇ ਦਾ ਟੁਕੜਾ ਪਹਿਲਾਂ ਸਮਝ ਲਓ, ਫਿਰ ਸਾਰੀ ਗੱਲ ਅੰਦਰ ਦੀ ਸਮਝ ਆ ਸਕਦੀ ਹੈ। ਉਹ ਟੁਕੜਾ ਸਾਧ ਸਿੰਘ ਜੀ ਕਿਤੇ ਤੁਰੇ ਜਾਂਦੇ ਲੁਹਾਰ ਦੀ ਨਿਗਾਹ ਪੈ ਜਾਏ, ਲੁਹਾਰ ਨੇ ਚੁੱਕ ਲਿਆ। ਕਹਿੰਦੇ ਲੁਹਾਰ ਦੇ ਹੱਥਾਂ ਵਿੱਚ ਆ ਕੇ ਲੁਹਾਰ ਰੋਇਆ। ਉਹ ਲੁਹਾਰ ਪੁੱਛਦਾ ਹੈ ਕਿ ਕਿਉਂ ਰੋਣਾ ਹੈ? ਕਹਿੰਦਾ ਜੀ ਰੁਲ ਗਿਆ, ਮੈਂ ਬੜੀਆਂ ਠੋਕਰਾਂ ਖਾਧੀਆਂ, ਲੋਕਾਂ ਦੇ ਪੈਰਾਂ ਦੇ ਹੇਠ ਲਥੜਿਆ ਗਿਆ, ਪਸ਼ੂਆਂ ਦੇ ਪੈਰਾਂ ਹੇਠ ਲੜਦਿਆ, ਬੰਦੇ ਤਾਂ ਇੱਕ ਪਾਸੇ ਰਹੇ, ਅੱਜ ਜਰ ਨੇ ਖਾ ਲਿਆ ਮੈਨੂੰ, ਵੀ ਜੇ ਮੈਨੂੰ ਚੱਕਿਆ ਮੇਰਾ ਕੁਛ ਬਣਾ ਦਿਓ। ਲੁਹਾਰ ਕਹਿੰਦਾ ਤੂੰ ਚਿੰਤਾ ਨਾ ਕਰ, ਬਣਾ ਤਾਂ ਦਊਂਗਾ ਬਹੁਤ ਕੁਛ ਤੇਰਾ, ਪਰ ਇੱਕ ਗੱਲ ਚੇਤੇ ਰੱਖੀ, ਜੇ ਤਾਂ ਸਮਰਪਿਤ ਭਾਵਨਾ ਹੋਈ, ਮੈਂ ਜੋ ਮਰਜ਼ੀ ਕਰਾਂ ਤੂੰ ਇਤਰਾਜ਼ ਨਹੀਂ ਕਰੇਗਾ। ਕਹਿੰਦਾ ਮੈਂ ਨਹੀਂ ਕਰਦਾ ਇਤਰਾਜ਼। ਕਹਿੰਦਾ ਅਗਜ ਵੀ ਪਾਊਂ, ਤੇਰੀ ਜਰ ਲਾਉਣ ਵਾਸਤੇ ਅਗਜ ਵੀ ਪਾਊਂ? ਕਹਿੰਦਾ ਜੀ ਮੈਂ ਤਿਆਰ ਹਾਂ ਪੈਣ ਨੂੰ। ਕਹਿੰਦੇ ਥੋੜਿਆਂ ਨਾਲ ਕੁੱਟੂ ਵੀ ਤੈਨੂੰ ਐਰਨ ਤੇ ਰੱਖੇ? ਕਹਿੰਦਾ ਜੀ ਮੈਂ ਕੁੱਟ ਖਾਣ ਨੂੰ ਵੀ ਤਿਆਰ ਹੈ। ਕਹਿੰਦਾ ਫਿਰ ਨਾ ਚਿੰਤਾ ਕਰ, ਫਿਰ ਸਭ ਕੁਛ ਬਣ ਜੂ, ਤੇਰੀ ਸਾਰੀ ਜਰ ਵੀ ਲੈ ਜੂਗੀ, ਤੇਰੇ 'ਚ ਮੁੜ ਕੇ ਚਮਕ ਵੀ ਆ ਜੂ। ਅਸੀਂ ਲੋਹਾ ਸਮਰਪਿਤ ਹੋ ਗਿਆ। ਗੁਰਬਾਣੀ ਦੀਆਂ ਇਹ ਚੀਜ਼ਾਂ ਸਾਧ ਸਿੰਘ ਜੀ ਸਮਝਣੀਆਂ ਨਾ, ਇਸ ਕਰਕੇ ਕਠਿਨ, ਸੌਖੇ ਸ਼ਬਦਾਂ 'ਚ ਵੀ ਰਮਜਾਂ ਗੁਰੂ ਸਾਹਿਬ ਦੀਆਂ ਬੜੀਆਂ ਗਹਿਰੀਆਂ। ਤਾਂ ਲੁਹਾਰ ਨੇ ਲਿਆ ਕੇ ਸਾਧ ਸਿੰਘ ਜੀ ਉਸ ਨੂੰ
ਅੱਗ ਦੇ ਵਿੱਚ ਦੇ ਦਿੱਤਾ। ਜਦੋਂ ਐ ਲਾਲ ਹੋ ਗਿਆ, ਅੱਗ ਦੇ ਹੀ ਰੂਪ ਬਣ ਗਿਆ, ਫਿਰ ਲੁਹਾਰ ਮਹਿਸੂਸ ਕਰਦਾ ਕਿਉਂਕਿ ਲੋਹੇ ਦੇ ਵਿੱਚ ਜਿਹੜੀ ਮੈਲ ਹੈ, ਜਿਉਂ ਜਿਉਂ ਗਰਮ ਕਰਦੇ ਹਾਂ, ਸਾਰੀਆਂ ਚੀਜ਼ਾਂ ਦਾ ਇਹੀ ਸੁਭਾਅ ਹੈ, ਜਿਉਂ ਜਿਉਂ ਉਬਾਲਦੇ ਹਾਂ ਚਾਹੇ ਪਾਣੀ ਲਿਕੜ ਚੀਜ਼ਾਂ ਨਾ, ਉਹਨਾਂ ਦੀ ਮੈਲ ਉੱਤੇ ਆਉਂਦੀ, ਜਿਵੇਂ ਦੁੱਧ ਵਿੱਚ ਮਲਾਈ ਆਉਂਦੀ ਹੈ ਨਾ, ਐਂ ਉੱਤੇ ਆਉਂਦੀ ਉਹਦੀ ਮੈਲ ਜਿਹੜੀ। ਅਤੇ ਲੋਹੇ ਦੀ ਮੈਲ ਵੀ ਇਸੇ ਤਰ੍ਹਾਂ, ਜਿਹੜਾ ਸਾਰ ਲੋਹਾ ਬਣਦਾ ਸੀ ਅਤੇ ਉਹ ਹੋਰ ਕਿਵੇਂ ਬਣਦਾ ਸੀ ਸਾਧ ਸਿੰਘ ਜੀ। ਅਤੇ ਮਨਾ ਮੋਹੀ ਲੋਹਾ ਲੈ ਕੇ ਅੱਗ 'ਚ ਪਾ ਪਾ ਕੇ ਉਹਨੂੰ ਹਥੌੜਿਆਂ ਨਾਲ ਕੁੱਟਦੇ, ਗੁੰਨੀ ਜਾਂਦੇ ਜਿਵੇਂ ਆਟਾ ਗੁੰਨਦੇ ਆ, ਵਰ੍ਹਿਆਂ ਤੱਕ ਉਹਦੀ ਮਿਹਨਤ ਹੁੰਦੀ ਲੁਹਾਰਾਂ ਦੀ, ਉਹਦਾ ਫਿਰ ਸਾਧ ਸਿੰਘ ਜੀ ਸਾਰ ਲੋਹਾ ਬਣਦਾ ਹੈ। ਉਹ ਜਿਹੜਾ ਸਾਰ ਲੋਹਾ ਹੈ, ਫਿਰ ਉਹਨੂੰ ਕਹਿੰਦੇ ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ। ਸਾਰ ਲੋਹੇ ਵਰਗਾ ਹੈ, ਸਾਰ ਲੋਹਾ ਬਣਦਾ ਹੋਰ ਕਿਵੇਂ, ਬੜੀ ਮਾਰ ਖਾਂਦਾ ਸਾਰ ਲੋਹ। ਇਸੇ ਤਰ੍ਹਾਂ ਸਾਧ ਸਿੰਘ ਜੀ ਜਦੋਂ ਫਿਰ ਲੁਹਾਰ ਉਹਨੂੰ ਕੁੱਟ ਕੁੱਟ ਕੇ ਨਾ, ਮੈਲ ਬਾਹਰ ਆਈ ਜਾਂਦੀ ਹੈ, ਫਿਰ ਭੱਠ ਜਾ ਦਿੰਦਾ ਹੈ, ਫਿਰ ਕੁੱਟਦਾ, ਫਿਰ ਦਿੰਦਾ, ਜਦ ਉਹ ਦਿੰਦਾ ਵੀ ਹੁਣ ਇਹਦੀ ਮੈਲ ਲੈ ਗਈ ਸਾਰੀ, ਲੋਹੇ ਦਾ ਆਪਣਾ ਰੂਪ ਦੇਖਣ ਲੱਗ ਗਿਆ, ਜਰ ਨਹੀਂ ਦਿਸਦੀ ਹੈ। ਫਿਰ ਉਹ ਸਾਧ ਸਿੰਘ ਜੀ ਟੁਕੜੇ ਦਾ ਹਥਕ ਦਾ ਕੁੰਡਾ ਬਣਾ ਦਿੰਦਾ। ਜਦੋਂ ਕੁੰਡਾ ਬਣਾਉਂਦਾ ਹਥਬਾਨ, ਫਿਰ ਉਹਨੂੰ ਕਹਿੰਦੇ ਹਾਂ ਬਈ ਲੁਹਾਰ ਤਾਂ ਬਹੁਤ ਸੋਹਣਾ ਕੁੰਡਾ ਬਣਾਇਆ, ਮੈਨੂੰ ਦੇ, ਇਹ ਤੂੰ ਪੈਸੇ ਜਿੰਨੇ ਮਰਜ਼ੀ ਲੈ ਲੈ। ਉਹ ਕੁੰਡਾ ਫਿਰ ਸਾਧ ਸਿੰਘ ਹਾਥੀ ਦੇ ਸਿਰ ਤੇ ਚੜ੍ਹ ਕੇ ਰਾਜ ਕਰਦਾ। ਇਹ ਸਾਰਾ ਦ੍ਰਿਸ਼ਟਾਂਤ ਹੈ ਸ਼ਬਦ ਦੇ ਵਿੱਚ। ਕਹਿੰਦੇ ਲੋਹੇ ਦੇ ਟੁਕੜੇ ਦੀ ਨਿਆਈ ਸਾਡਾ ਮਨ, ਜਨਮਾਂ ਜਨਮਾਤਰਾਂ ਦੀ ਲੱਗੀ ਜੈਰ ਜਰ ਰੂਪ ਜਿਹੜੀ ਬੇਸੇ ਵਿਕਾਰਾਂ ਦੀ ਮੈਲ ਹੈ। ਕਹਿੰਦੇ ਗੁਰੂ ਰੂਪ ਲੁਹਾਰ ਦੇ ਸਿੱਖ ਦਾ ਮਨ ਜਦੋਂ ਹੱਥ ਵਿੱਚ ਆ ਗਏ, ਅਤੇ ਜਿਵੇਂ ਫਰਮਾਨ ਕੀਤਾ ਨਾ, ਅਤੇ ਇਹ ਜਿਹੜਾ ਮਨ ਵਿੱਚ ਹੈ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ, ਮਨ ਦੀਆ ਗੁਰ ਆਪਣੇ, ਮਨ ਦੇ ਦਿੱਤਾ ਗੁਰੂ ਨੇ, ਉਹਨੇ ਫਿਰ ਸਤਸੰਗ ਦੀ ਭੱਠੀ ਸੱਟਿਆ ਉਹਨੂੰ ਪਹਿਲਾਂ, ਮੈਲਾ ਕਚੈਲਾ ਜਿਹਾ ਜਿਹਾ ਭਰਿਆ, ਕਹਿੰਦਾ ਚੱਲ ਸਤਸੰਗ ਦੀ ਭੱਠੀ ਚੱਲ, ਆ ਭੱਠੀ ਹੈ ਇਹਦੇ 'ਚ। ਫਿਰ ਸਾ ਸੀ ਜਪ ਤਪ ਦਾ ਸੇਕ, ਗੁਰਸਿੱਖ ਦੇ ਕੋਲ ਜਪ ਤਪ ਕਰਾਉਂਦੇ ਆ, ਉਹਦਾ ਸੇਕ ਦਿੰਦੇ ਆ, ਅਤੇ ਇਹਨੂੰ ਸੇਕ ਦੇ ਕੇ ਫਿਰ ਸਾ ਸਿੰਘ ਜੀ ਅਤੇ ਬੁੱਧ ਰੂਪ, ਕਿਉਂਕਿ ਬੁੱਧ ਦੇ ਵਿੱਚ ਗਿਆਨ ਹੋਣਾ, ਧੀਰਜ ਰੂਪ ਬੁੱਧ ਦੇ ਉੱਤੇ, ਧੀਰਜ ਰੂਪ ਐਰਨ ਦੇ ਉੱਤੇ, ਫਿਰ ਇਹਨੂੰ ਰੱਖ ਕੇ ਸਾਧ ਸਿੰਘ ਜੀ ਗੁਰੂ ਸਾਹਿਬ ਜੀ ਉਪਦੇਸ਼ ਦੇ ਉੱਪਰ ਤੇ ਸੱਟਾਂ ਮਾਰਦੇ ਆ, ਸੱਟਾਂ ਮਾਰ ਮਾਰ ਕੇ ਸਾਰੀ ਮਨ ਦੀ ਮੈਲ ਲਾ ਦਿੰਦੇ ਲੁਹਾਰ ਦੀ ਤਰ੍ਹਾਂ। ਅਤੇ ਫਿਰ ਇਹਦਾ ਸਾਧ ਸਿੰਘ ਗਿਆਨ ਰੂਪੀ ਕੁੰਡਾ ਬਣਾਉਂਦੇ ਆ, ਕਿਉਂਕਿ ਕੁੰਭੇ ਬੱਧਾ ਜਲ ਰਿਹਾ, ਜਲ ਬਿਨ ਕੁੰਭ ਨਾ ਹੋਵੇ, ਗਿਆਨ ਕਾ ਬੱਧਾ ਮਨ ਰਿਹਾ, ਗੁਰਬਿਨ ਗਿਆਨ ਨਾ ਹੋਵੇ, ਫਿਰ ਤਾਂ ਇਹ ਕੁੰਡਾ ਬਣਦਾ ਸਾਧ ਸਿੰਘ ਜੀ। ਇਸ ਤਰ੍ਹਾਂ ਇਹਦੇ ਸ਼ਬਦ ਦੇ ਅਰਥ ਜਾਣਨੇ। ਇਉਂ ਫਿਰ ਜਦੋਂ ਕੁੰਡਾ ਗਿਆਨ ਦਾ ਬਣ ਗਿਆ, ਤਾਂ ਫਿਰ ਅੱਗੇ ਕੀ ਦੱਸਿਆ, ਕਹਿੰਦੇ ਸਭ ਰਾਜ ਸ੍ਰਿਸ਼ਟ ਕਾਲੇ, ਉਹੀ ਗੁਰਮੁਖ ਜਾਨਵਰਾਂ ਦੇ ਉੱਤੇ ਇਹਦਾ ਹੁਕਮ ਚੱਲਦਾ ਹੈ, ਰਾਜਿਆਂ ਮਹਾਰਾਜਿਆਂ ਦੇ ਉੱਤੇ ਇਹਦਾ ਹੁਕਮ ਚੱਲਦਾ ਹੈ, ਸ਼ੇਰਾਂ ਬਘੇੜਿਆਂ ਦੇ ਉੱਤੇ ਫਿਰ ਇਹਦਾ ਹੁਕਮ ਚੱਲਦਾ ਹੈ, ਮਹਾਂਪੁਰਖਾਂ ਦੇ ਅਨੇਕਾਂ ਪ੍ਰਸੰਗ ਆਉਂਦੇ। ਸੁਧਾਰ ਦੇ ਕੋਲ ਸਾਧ ਸਿੰਘ ਗੁਰੂ ਸਰ, ਇਹ ਗੁਰਦੁਆਰਾ ਸਾਹਿਬ ਹੈ ਛੇਵੇਂ ਪਾਤਸ਼ਾਹ ਦਾ, ਉੱਥੇ ਇੱਕ ਨਿਹੰਗ ਸਿੰਘ ਹੋਇਆ ਸਾਧ ਸਿੰਘ ਜੀ, ਐਡਾ ਵੱਡਾ ਮਹਾਂਪੁਰਸ਼ ਸੀ, ਅਤੇ ਉਹਨੇ ਬੜੀ ਦੂਰ ਤੋਂ ਸੀਮਿੰਟ ਆਪਣੀ ਪਿੱਠ 'ਤੇ ਚੱਕ ਕੇ ਲੈ ਗਿਆ, ਨਿਹੰਗ ਸਿੰਘ ਫਰਲੇ ਵਾਲੇ ਜਿਹੜੇ ਹੁੰਦੇ ਸਿਰ 'ਤੇ ਨਹੀਂ ਚੱਕਦੇ ਕੁਛ ਵੀ, ਮੁੱਲਾਂ ਪਰਦਾਖੇ ਤੋਂ ਇੱਕ ਇੱਕ ਬੋਰਾ ਸੀਮਿੰਟ ਦਾ ਪਿੱਠ 'ਤੇ ਰੱਖ ਕੇ ਲੈ ਕੇ ਆਉਣਾ। ਜੇ ਕਿਸੇ ਬਾਬਾ ਜੀ ਮੈਂ ਉਹ ਨਾ ਵੀ ਝੂਠੇ ਲੋਕ ਆ, ਇਹ ਤਾਂ ਮੇਰੇ ਹੀ ਕੰਮ ਹੈ, ਸਾਰਾ ਗੁਰਦੁਆਰਾ ਐਂ ਬਣਾਇਆ। ਗੁਰੂ ਨੇ ਐਡੀ ਸਮਰੱਥਾ ਦੇ ਦਿੱਤੀ, ਪ੍ਰਸ਼ਾਦ ਲੈ ਕੇ ਗੁਰੂ ਸਾਹਿਬ ਦਾ ਸਰੋਵਰ ਦੇ ਕਿਨਾਰੇ ਬਹਿੰਦੇ ਸੀ, ਉਹ ਝੂਠੇ ਲੋਕੋ ਆ ਜਾਓ ਪ੍ਰਸ਼ਾਦ ਛਕ ਲਓ, ਸੈਂਕੜੇ ਲੋਕਾਂ ਨੇ ਦੇਖੀ ਹੈ ਇਹ ਗੱਲ, ਸੁਣਨ ਵਾਸਤੇ ਉਹਨਾਂ ਲੋਕਾਂ ਨੂੰ ਨਾਸਤਕਾਂ ਨੂੰ ਲੱਗੂਗੀ ਇਹ ਗੱਲ, ਇਹ ਹੋ ਨਹੀਂ ਸਕਦੀ, ਅੱਜ ਵੀ ਜਾ ਕੇ ਪੁੱਛ ਲਓ ਕਿਹੜਾ ਬਹੁਤੀ ਦੇਰ ਹੋਈ ਹੈ, ਇਹਨੂੰ ਬਹੁਤਾ ਸਮਾਂ ਨਹੀਂ ਹੋਇਆ। ਉੱਥੇ ਸਾਹ ਸੀ ਡੱਡੂ ਮੱਛੀਆਂ ਅਤੇ ਕੱਛੂ ਸੱਪ ਅਤੇ ਸਾਰੇ ਜਾਨਵਰ ਪੰਛੀ ਨੱਠ ਨੱਠ ਕੇ ਬਾਬਾ ਜੀ ਦੇ ਕੋਲ ਆਉਂਦੇ, ਲੈ ਝੂਠੇ ਲੋਕਾਂ ਪ੍ਰਸ਼ਾਦ ਛਕ ਲੈ, ਤੇਰਾ ਭਲਾ ਹੋ ਜੂਗਾ, ਕਿਉਂਕਿ ਉਹਨਾਂ ਦੇ ਉੱਤੇ ਹੁਕਮ ਚੱਲਦਾ। ਸਾਨੂੰ ਸੱਪ ਦੇਖਦਾ ਪ੍ਰਾਣ ਨੂੰ ਬਣ ਜਾਂਦੀ, ਅੱਗੇ ਡੰਗ ਨਾ ਮਾਰ ਦੇਵੇ। ਸੰਤ ਬਾਬਾ ਆਤਰ ਸਿੰਘ ਮਸਤੁਆਣੇ ਵਾਲੇ, ਉਹਨਾਂ ਨੂੰ ਸਾਧ ਸਿੰਘ ਸਭ ਰਾਜ ਸ੍ਰਿਸ਼ਟ ਕਾਲੇ, ਉਹਨਾਂ ਨੂੰ ਮਹਾਰਾਜਾ ਭੁਪਿੰਦਰ ਸਿੰਘ ਕਹਿੰਦਾ, ਮਹਾਰਾਜ ਮੇਰੇ ਅਖੰਡ ਪਾਠ ਕਰ ਦਿਓ। ਸੰਤ ਕਹਿੰਦੇ ਅਖੰਡ ਪਾਠ ਤਾਂ ਕਰ ਦਿਆਂਗੇ, ਪਰ ਤੂੰ ਕਰਾਉਣ ਵਾਲਾ ਬਣ,
ਤੇ ਔਖਾ ਹੈ ਕੰਮ। ਕਹਿੰਦਾ ਨਹੀਂ ਮਹਾਰਾਜ ਹੁਕਮ ਕਰੋ। ਕਹਿੰਦੇ ਮਾਇਆ ਨਾਲ ਨਹੀਂ ਹੁੰਦੇ ਹੁੰਦੇ, ਭਾਵਨਾ ਨਾਲ ਹੁੰਦੇ। ਜੂਠੇ ਭਾਂਡੇ ਆਪ ਮਾਂਜੀ, ਤੇਰੀ ਮਹਾਰਾਣੀ ਮਾਂਜੇ। ਪਾਠੀ ਸਿੰਘ ਮੈਂ ਲੈ ਆਊਂਗਾ। ਦੂਸਰਾ, ਜਿੰਨੀ ਦੇਰ ਤੱਕ ਅਖੰਡ ਪਾਠ ਹੋਊਗਾ ਕਿਸੇ ਨੇ ਸ਼ਰਾਬ ਨਹੀਂ ਪੀਣੀ, ਕਿਸੇ ਨੇ ਮਾਸ ਨਹੀਂ ਖਾਣਾ, ਰਾਕਸ਼ ਬੁੱਧ ਨਹੀਂ ਰੱਖਣੀ, ਤਾਂ ਕਰਾਂਗੇ ਅਖੰਡ ਪਾਠ। ਕਹਿੰਦੇ ਮਹਾਰਾਜ ਮਨਜ਼ੂਰ ਹੈ। ਕਹਿੰਦੇ ਤੀਸਰੀ ਗੱਲ, ਤੰਬਾਕੂ ਨਹੀਂ ਪੀਣਾ ਕਿਸੇ ਨੇ ਉਹਨਾਂ 'ਚ। ਕਹਿੰਦਾ ਮਹਾਰਾਜ ਠੀਕ ਹੈ, ਤੁਸੀਂ ਤਾਂ ਸ਼ਹਿਰ 'ਚ ਕਿਹਾ, ਜਿੱਥੇ ਤੱਕ ਪਟਿਆਲਾ ਰਿਆਸਤ ਹੈ, ਪਿੰਡ ਪਿੰਡ ਡੌਂਡੀ ਪੜਵਾ ਦਿੱਤੀ। ਕਹਿੰਦਾ ਕੋਈ ਵੀ ਤੰਬਾਕੂ ਪੀਏਗਾ ਉਹਨੂੰ ਫੜ ਕੇ ਜੇਲ੍ਹ 'ਚ ਸਿੱਟੂ, ਇਹ 3 ਦਿਨ ਨਾ ਕੋਈ ਸ਼ਰਾਬ ਪੀਵੇ ਨਾ ਮਾਦ। ਸਰਕਾਰ ਦੇ ਭਾਏ ਹੁੰਦੇ ਸੀ ਇੱਥੇ, ਅੱਜ ਕਿਹੜੇ ਰਹਿ ਗਏ ਭਾਈ ਸਾਹਿਬ ਸਿੰਘ ਜੀ। 3 ਦਿਨ ਨਾ ਕਿਸੇ ਨੇ ਤੰਬਾਕੂ ਵਰਤਿਆ, ਨਾ ਮਾਸ ਖਾਧਾ, ਨਾ ਸ਼ਰਾਬ ਪੀਤੀ, ਭੋਗ ਪਿਆ। ਅਤੇ ਸਾਧ ਸਿੰਘ ਜੀ ਰਾਜ ਮਾਤਾ ਪੁੱਛਦੀ ਹੈ ਮਹਾਂਪੁਰਖਾਂ ਨੂੰ, ਕਹਿੰਦੇ ਮਹਾਰਾਜ ਗੁਰਬਾਣੀ ਦੇ ਵਿੱਚ ਜਿਹੜਾ ਆਉਂਦਾ ਪਸ਼ੂ ਪ੍ਰੇਤ ਮੁਗਧ ਕੇ ਉਤਾਰੇ, ਕੀ ਇਹ ਸੱਚ ਹੈ ਗੱਲ? ਮਹਾਂਪੁਰਖ ਕਹਿੰਦੇ ਤੂੰ ਗੁਰਬਾਣੀ 'ਤੇ ਸ਼ੰਕਾ? ਕਹਿੰਦੀ ਨਾ ਮਹਾਰਾਜ, ਵੀ ਇਹ ਸਮਝ 'ਚ ਨਹੀਂ ਆਉਂਦੀ ਗੱਲ, ਪਸ਼ੂਆਂ ਨੂੰ ਕਿਵੇਂ ਤਾਰ ਦਿੰਦੀ ਹੈ ਬਾਣੀ? ਕਹਿੰਦੇ ਤਾਰ ਦਿੰਦੀ ਹੈ। ਅਖੰਡ ਪਾਠ ਦਾ ਭੋਗ ਪਿਆ, ਪ੍ਰਸ਼ਾਦ ਹੱਥ 'ਚ ਲਿਆ। ਕਹਿੰਦੇ ਚੱਲ ਤੇਰੀ 12 ਦਰੀ 'ਚ ਘੁੰਮਣਾ ਹੈ। 12 ਦਰੀ 'ਚ ਉੱਥੇ ਇੱਕ ਪਿੰਜਰਾ, ਉਹਦੇ 'ਚ ਸ਼ੇਰ ਪਾਇਆ ਹੋਇਆ। ਸੰਤ ਕਹਿੰਦੇ ਇਹ, ਕਹਿੰਦੇ ਮਹਾਰਾਜ ਮੈਂ ਬਹੁਤ ਔਖਾ ਫੜਿਆ, ਬੜਾ ਮਾਰਖੋਰ ਸ਼ੇਰ ਹੈ, ਲੋਕ ਕਹਿੰਦੇ ਸ਼ਿਕਾਰ ਨਹੀਂ ਕਰ ਸਕਦੇ। ਕਹਿੰਦੇ ਮੈਂ ਇਹਨੂੰ ਸਾਹ ਸੀ ਜਿਉਂਦੇ ਨੂੰ ਫੜਿਆ। ਕਹਿੰਦੇ ਇਹ ਬਹਾਦਰੀ ਦਿਖਾਈ ਉਹਨੇ। ਕਹਿੰਦੇ ਜਿੰਦਾ ਖੋਲੋ। ਕਹਿੰਦਾ ਨਾ ਮਹਾਰਾਜ, ਦੇਖੋ ਜੇ ਜਿੰਦਾ ਖੋਲਦਾ ਇਹ ਨਹੀਂ ਕਾਬੂ ਆ ਸਕਦਾ, ਇਹ ਤਾਂ ਬਹੁਤ ਔਖਾ ਫੜਿਆ। ਕਹਿੰਦੇ ਖੋਲਦੇ ਜਿੰਦਾ? ਕਹਿੰਦਾ ਜੀ ਸਤਿ। ਉਹਨੇ ਆਪਣੇ ਗਾਰਡ ਆਲੇ ਦੁਆਲੇ ਲਾਏ, ਸ਼ੇਰ ਵਿੱਚ ਨਿਕਲ ਸੰਤਾਂ 'ਤੇ ਹਮਲਾ ਕਰੇ ਤਾਂ ਫਿਰ ਤੁਸੀਂ ਭਾਈ ਸਾਂਭੇ ਹੋਏ ਇਹਨੂੰ, ਪਰ ਸੰਤਾਂ ਦਾ ਵਚਨ ਮੰਨਣਾ ਪੈਣਾ ਹੈ। ਹੱਥ 'ਚ ਪ੍ਰਸ਼ਾਦ ਸੰਤਾਂ ਦੇ, ਜਿੰਦਾ ਖੋਲਦਾ, ਪਿੰਜਰੇ ਦੇ ਵਿੱਚ ਜਾ ਵੜੇ ਸਾਧ ਸਿੰਘ ਜੀ। ਲੋਕ ਕਹਿੰਦੇ ਸੰਦੇ ਪਿੰਜਰੇ 'ਚ ਜਾ ਵੜੇ। ਮਹਾਰਾਜਾ ਕਹਿੰਦਾ ਮਹਾਰਾਜ ਤੁਸੀਂ ਤਰਸ ਕਰੋ ਮੇਰੇ 'ਤੇ। ਲੋਕ ਕਹਿਣਗੇ ਸ਼ੇਰ ਨੂੰ ਖਿਲਾ ਤੇ ਸੰਤ ਮਸਤਮਾਣੇ ਵਾਲੇ। ਕਹਿੰਦੇ ਤੂੰ ਸਾਡੀ ਗੱਲ 'ਚ ਨਾ। ਉਹਦੇ ਜਾ ਕੇ ਸਾਧ ਸਿੰਘ ਜੀ ਸਿਰ ਦੇ ਉੱਤੇ ਹੱਥ ਰੱਖ ਦਿੱਤਾ। ਸਿੰਘ ਬਿਲਾਈ ਹੋਏ ਗਏ ਹੋ, ਤਿਰਨ ਮਿਹਰਤ ਕੀਤਾ ਆਉਂਦੇ ਨਾ, ਮਹਿਮਾ ਸਾਧੂ ਸੁਣ ਕੇ ਸੁਣੋ ਮੇਰੇ ਮੀਤਾ। ਸਿਰ 'ਤੇ ਹੱਥ ਰੱਖਿਆ, ਸ਼ੇਰ ਜੀਵ ਨਾਲ ਸਾਧ ਸਿੰਘ ਜੀ ਸੰਤਾਂ ਦੇ ਐ ਚਰਨੀ ਪੈ ਗਿਆ। ਉਹਨੂੰ ਕਹਿੰਦੇ ਰਾਜਨ ਵੀ ਇਹਦਾ ਹਾਲ ਕਿਉਂ ਹੋਇਆ? ਕਹਿੰਦੇ ਮਹਾਰਾਜ 3 ਦਿਨ ਹੋ ਗਏ ਇਹਨੂੰ ਖੁਰਾਕ ਨਹੀਂ ਮਿਲੀ, ਮਾਸਾਹਾਰੀ ਜਾਨਵਰ ਹੈ ਤਾਂ ਹੀ ਇੰਨਾ ਢਿੱਲਾ ਜਾਏ। ਸੰਤਾਂ ਨੇ ਪ੍ਰਸ਼ਾਦ ਦਿੱਤਾ, ਉਹਨੇ ਛਕ ਲਿਆ। ਸੰਤਾਂ ਦੇ ਹੱਥਾਂ ਦੇ 'ਚ ਹੀ ਪ੍ਰਾਣ ਤਿਆਗ ਗਿਆ ਸਾਧ ਸਿੰਘ ਪਿੰਜਰੇ ਦੇ ਵਿੱਚ ਹੀ। ਸੰਤ ਕਹਿੰਦੇ ਲੈ ਭਾਈ, ਮਹਾਰਾਣੀ ਨਾਲ ਸੀ ਰਾਜ ਮਾਤਾ। ਕਹਿੰਦੇ ਰਾਜ ਮਾਤਾ ਕਹਿੰਦੇ ਐ ਗੁਰਬਾਣੀ ਉਧਾਰ ਕਰ ਦਿੰਦੀ ਹੈ, ਇਹ ਗੁਰੂ ਗ੍ਰੰਥ ਸਾਹਿਬ ਦਾ ਕੜਾਹ ਪ੍ਰਸ਼ਾਦ ਨਹੀਂ। ਕਹਿੰਦੇ ਦੇਖ ਪਸ਼ੂ ਦਾ ਉਧਾਰ ਕਰ ਦਿੱਤਾ, ਖੇਡਤਾ ਸਾਧ ਸਿੰਘ ਮਹਾਂਪੁਰਖਾਂ ਦੀ ਯਾਦ ਨੇ। ਇਉਂ ਰਾਜ ਸ੍ਰਿਸ਼ਟ ਕਾਲੇ, ਇਉਂ ਗੁਰਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰਿਸ਼ਟ ਹੈ। 8-8 ਘੰਟੇ ਮਹਾਰਾਜਾ ਫਿਰ ਚਰਨਾਂ 'ਚ ਬਹਿ ਕੇ ਰੋਂਦਾ ਰਹਿੰਦਾ ਸੀ। ਕਹਿੰਦਾ ਮਹਾਰਾਜ ਮੈਨੂੰ ਨਹੀਂ ਸੀ ਪਤਾ ਐਡੀ ਸਮਰੱਥਾ ਦੇ ਮਾਲਕ ਹੈ, ਅੱਜ ਵੀ ਇਹ ਪਿੰਜਰਾ ਦੇਖਣਾ। ਦਮਦਮਾ ਸਾਹਿਬ ਉੱਥੇ ਮਸਤੂਆਣੇ ਬੁੰਗੇ ਜਾ ਕੇ ਦੇਖੋ, ਉਹ ਪਿੰਜਰਾ ਫਿਰ ਸੰਤਾਂ ਨੂੰ ਇਹ ਦੇਤਾ। ਕਹਿੰਦੇ ਮਹਾਰਾਜ ਲੈ ਜਾਓ, ਅਤੇ ਸਤਿਗੁਰੂ ਮਹਾਰਾਜ ਸਾਹਿਬ ਦੇ ਐਸੇ ਸਾਹ ਸੀ। ਇਉਂ ਰਾਜ ਸਾਰੀ ਸ੍ਰਿਸ਼ਟੀ ਦਾ ਰਾਜ ਦਿੰਦੇ, ਇਉਂ ਗੁਰਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰਿਸ਼ਟ ਕਾਲੇ। ਇਹ ਦੁੱਖ ਦੁੱਖਾਂ ਦਾ ਵਿਸਤਾਰ ਹੋ ਗਿਆ ਸਾਹ ਸਿੰਘ। ਹੁਣ ਆਪਾਂ ਅੱਗੇ ਸੰਖੇਪ ਤੋਂ ਸੰਖੇਪ ਕਰ ਲਈਏ। ਚਲੋ ਗਿਆਨੀ ਜੀ, ਜਲਦੀ ਚਲੋ। ਨਾਨਕ ਗੁਰਮੁਖ ਬੁੱਝੀ ਹੈ, ਗੁਰਮੁਖ ਆਪਣੀ ਆਤਮਾ ਨੂੰ ਬੁੱਝ ਲੈਂਦੇ, ਜਾਣ ਲੈਂਦੇ ਨੇ। ਨਦਰ ਕਰੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ। ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਤੇ ਆਇਆ, ਜਿਨ੍ਹਾਂ ਨੇ ਮੁਖੀ ਗੁਰੂ ਸਾਹਿਬ ਦੁਆਰਾ ਨਾਮ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕੀਤਾ ਹੈ, ਆਏ ਤੇ ਪ੍ਰਵਾਨ, ਉਹਨਾਂ ਦਾ ਭਾਈ ਸੰਸਾਰ ਵਿੱਚ ਆਉਣਾ, ਮਨੁੱਖਾ ਸਰੀਰ ਧਾਰਨ ਕਰਨਾ, ਕਹਿੰਦੇ ਉਹਨਾਂ ਦਾ ਪ੍ਰਵਾਨ ਨੀਕ ਹੋ ਗਿਆ, ਯਾਨੀ ਸਫਲਾ ਹੋ ਗਿਆ। ਨਾਨਕ ਕੁੱਲ ਉਧਾਰ ਹੈ ਆਪਣਾ, ਤੇ ਉਹ ਕੁੱਲ ਬੋਲਾ ਸ਼ਬਦ ਹੈ ਜੀ, ਕੁੱਲ ਜਿਹੜੇ ਕੁੱਲ ਕਹਿ ਦੀਏ ਸਾਰਿਆਂ ਤੋਂ ਹੁੰਦਾ ਵਾ, ਜੇ ਕੁੱਲ ਆਪਣੀਆਂ ਕੁੱਲਾਂ ਦਾ ਉਧਾਰ ਕਰ ਲੈਂਦੇ ਆ। ਪ੍ਰਭ ਕੇ ਸਿਮਰ ਸਭ ਕੁੱਲ ਉਧਾਰ ਹੈ, ਉਹ ਨਾਲੇ ਆਪਣੀਆਂ ਕੁੱਲਾਂ ਦਾ ਉਧਾਰ ਕਰ ਲੈਂਦੇ ਹਨ। ਦਰਗਹਿ ਪਾਵਹਿ ਮਾਣ, ਤੇ ਪਰਮਾਤਮਾ ਦਾ ਜਿੱਥੇ ਜੀਵਾਂ ਦਾ ਲੇਖਾ ਜੋਖਾ ਕਰਦਾ, ਨਾਨਕਾ ਖੈਰੇ ਮੰਨਿਆ ਸੁਣਿਆ ਸਿੱਖ ਲਈ ਲੇਖਾ, ਰੱਬ ਮੰਗੇ ਸੀ ਜਿੱਥੇ ਲੇਖਾ ਮੰਗਦਾ, ਸੱਚਖੰਡ ਬੈਕੁੰਠ ਨਿਆਂ ਸਥਾਨ ਰੱਬ ਦੀ ਕਚਹਿਰੀ ਐਂ ਕਹਿ ਲਓ, ਉੱਥੇ ਮਾਣ ਪਾਉਂਦੇ ਆ। ਫਿਰ ਰੇਰੇ ਦਰਗਾਹ ਕਹੇ ਨਾ ਕਹੂ, ਆਓ ਬੈਠ ਆਦਰ ਸੁਖ ਦੇਉ, ਉੱਥੇ ਆਦਰ ਮਿਲਦਾ ਹੈ। ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ, ਹੁਣ ਪੌੜੀਆਂ ਸਾਧ ਸਿੰਘ ਜੀ ਸੋਠ ਦੀ ਵਾਰ ਹੈ, ਇਹਦੇ 'ਚ ਪੌੜੀਆਂ ਸਾਰੀਆਂ ਗੁਰੂ ਰਾਮਦਾਸ ਮਹਾਰਾਜ ਦੀਆਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਸਲੋਕ ਤੇ ਮਹਲਾ ਗੁਰੂ ਅਮਰਦਾਸ ਜੀ ਦਾ। ਇਹ ਤਰਤੀਬ ਬਣਾਈ ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਤੇ ਹੁਣ ਇਹ ਪੌੜੀ ਦੇ 'ਚ ਕਥਨ ਕਰਦੇ ਹਾਂ। ਦੁਬਾਰੇ ਬੋਲੋ ਜੀ।
ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆ ਤੇ ਜਿਹੜੀਆਂ ਸਖੀਆਂ ਦੀ ਨਿਆਈ ਜਿਵੇਂ ਬੀਬੀਆਂ ਦੀਆਂ ਸਹੇਲੀਆਂ ਹੁੰਦੀਆਂ ਕਹਿੰਦੇ ਜਿਹੜੇ ਨਾਮ ਜਪਣ ਵਾਲੇ ਨਾ ਇਹ ਵੀ ਸਾਸ ਹੀ ਠਾਕਰ ਏਕ ਸਬਾਈ ਨਾਰ ਉਹ ਕਹਿੰਦੇ ਸਾਰੇ ਬਾਕੀ ਤਾਂ ਇਸਤਰੀ ਰੂਪ ਹਨ ਮਾਲਕ ਦਾ ਇਕੱਲਾ ਵਾਹਿਗੁਰੂ ਹੈ ਇਸ ਯੁੱਗ ਮੇਂ ਪੁਰਖ ਏਕ ਹੈ ਔਰ ਸਗਲੀ ਨਾਰ ਸਬਾਈ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ ਇਹ ਗੁਰ ਭਾਈਆਂ ਨੂੰ ਸਖੀਆਂ ਦੀ ਨਿਆਣੀ ਵਾਹਿਗੁਰੂ ਨੇ ਮਿਲਾਇਆ ਹੈ ਇੱਕ ਸੇਵਕ ਗੁਰ ਪਾਸ ਤੇ ਇੱਕ ਤਾਂ ਉਹ ਗੁਰਸਿੱਖ ਜਿਹੜੇ ਗੁਰੂ ਦੇ ਨੇੜੇ ਰਹਿੰਦੇ ਨਿਕਟ ਵਰਤੀ ਕੋਈ ਪੱਖਾ ਚੱਲਦਾ ਚੌਰ ਕਰਦਾ ਗੁਰੂ ਸਾਹਿਬ ਨੂੰ ਐ ਸੇਵਾ ਚ ਰਹਿੰਦੇ ਹਨ ਇੱਕ ਗੁਰ ਕਾਰ ਲਾਈ ਇੱਕ ਗੁਰ ਨੇ ਪੈ ਚਾਹ ਭਾਈ ਲੰਗਰ ਚ ਭਾਂਡੇ ਮਾਂਜ ਲੱਕੜਾਂ ਲਿਆ ਪਾਣੀ ਭਰ ਝਾੜੂ ਮਾਰ ਇੱਕ ਗੁਰਕਾਰੇ ਲਾਈਆਂ ਇਉਂ ਲਾ ਦਿੱਤਿਆ ਇੱਕ ਸੇਵਕ ਗੁਰ ਪਾਸ ਇੱਕ ਨਾਮ ਅਭਿਆਸ ਕਰਦੇ ਕਰਦੇ ਅੰਤਰ ਆਤਮੇ ਗੁਰੂ ਦੇ ਧਿਆਨ ਦੁਆਰਾ ਨੇੜੇ ਰਹਿੰਦੇ ਆ ਇੱਕ ਗੁਰਕਾਰੇ ਲਾਈ ਆ ਇੱਕ ਨਾ ਗੁਰੂ ਸਾਹਿਬ ਨੇ ਭਾਈ ਅੱਗੇ ਪ੍ਰਚਾਰ ਕਰਨ ਦੀ ਜ਼ਿੰਮੇਦਾਰੀ ਦੇ ਦਿੱਤੀ ਹੈ ਗੁਰਸਿੱਖਾਂ ਤੋਂ ਭਗਤੀ ਵੀ ਕਰ ਪ੍ਰਚਾਰ ਵੀ ਕਰਿਆ ਕਰੇ ਇਹ ਕਾਰੇ ਲਾ ਦਿੱਤੇ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਜਿਨ੍ਹਾਂ ਦੇ ਮਨ ਦੇ ਵਿੱਚ ਮਨ ਕੀ ਆ ਕਲਪਨਾ ਰੂਪ ਬਿਰਤੀ ਅੰਤ ਕਰਨ ਦੀ ਚਿੱਤ ਚਿਤਵਣੀ ਰੂਪ ਬਿਰਤੀ ਜਿਹੜੀ ਹੈ ਇਹਨਾਂ ਦੋਨਾਂ ਦੇ ਵਿੱਚ ਜਿਨ੍ਹਾਂ ਭਾਉ ਗੁਰੂ ਦੇਵਾਈ ਆ ਇਹਨਾਂ ਨੂੰ ਭਾਉ ਪ੍ਰੇਮ ਗੁਰੂ ਨੇ ਦਿਵਾ ਦਿੱਤਾ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਤੋਂ ਜਾਂ ਗਿਆਨ ਦਵਾ ਦਿੱਤਾ ਹੈ ਗੁਰਸਿੱਖਾਂ ਇੱਕੋ ਪਿਆਰ ਤੇ ਗੁਰੂ ਸਾਹਿਬ ਦਾ ਸਾਹਸ ਜੀ ਗੁਰਸਿੱਖਾਂ ਦੇ ਨਾਲ ਇਹ ਪੰਕਤੀ ਸਾਰੀ ਪੜੋ ਜੀ ਤਾਂ ਅਰਥ ਹੁਣ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈ ਆ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਜੋ ਸਾਹਸ ਜੀ ਉਹਨਾਂ ਨੇ ਅੱਗੇ ਦੇਖਿਆ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਡੇ ਗੁਰੂ ਸਾਹਿਬਾਨ ਦਾ ਇਹ ਨਹੀਂ ਹੈ ਵੀ ਪੁੱਤਾਂ ਨਾਲ ਜ਼ਿਆਦਾ ਹਿੱਤ ਕੀਤਾ ਤੇ ਇਹ ਨਹੀਂ ਤਾਂ ਫਿਰ ਗੁਰਤਾਗਤੀ ਗੁਰੂ ਰਾਮਦਾਸ ਨੂੰ ਮਿਲ ਹੀ ਨਹੀਂ ਸੀ ਸਕਦੀ ਮੌਣ ਤੇ ਮੋਹਰੀ ਨੂੰ ਮਿਲਦੀ ਕਹਿੰਦੇ ਗੁਰੂ ਸਾਹਿਬ ਦੇ ਵਿੱਚ ਗੁਰਸਿੱਖਾਂ ਦੇ ਨਾਲ ਵੀ ਉਨਾ ਹੀ ਹਿੱਤ ਆਪਣੇ ਪੁੱਤਾਂ ਦੇ ਨਾਲ ਵੀ ਉਨਾ ਹੀ ਹਿੱਤ ਗੁਰੂ ਅਮਰਦਾਸ ਜੀ ਦਾ ਆਪਣੇ ਭਰਾਵਾਂ ਈਸ਼ਰਦਾਸ ਨਾਲ ਦਾਤਾਰ ਚੰਦ ਦੇ ਨਾਲ ਇਹਨਾਂ ਆਦਿਕ ਸਾਰਿਆਂ ਦੇ ਨਾਲ ਤੇ ਉਹੋ ਜਿਹਾ ਹੀ ਪਿਆਰ ਗੁਰਸਿੱਖਾਂ ਦੇ ਨਾਲ ਕਹਿੰਦੇ ਕੋਈ ਵਿਤਕਰਾ ਨਹੀਂ ਜਿਹੜਾ ਪਰਿਵਾਰ ਦੇ ਜੀਆਂ ਨਾਲ ਉਹੀ ਗੁਰਸਿੱਖਾਂ ਦੇ ਨਾਲ ਇੱਕੋ ਹੀ ਪਿਆਰ ਹੈ ਸਾਰਿਆਂ ਵਿੱਚ ਗੁਰ ਸਤਿਗੁਰ ਬੋਲੋ ਸਭ ਗੁਰ ਕਹਿੰਦੇ ਵਿਸਰਾਮ ਗਲਤ ਹੋ ਗਿਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈ ਆ ਇਹ ਸਾਸ ਜੀ ਇੱਥੇ ਇਹਦਾ ਕੋਈ ਗੁਰੂ ਗੁਰ ਸਤਿਗੁਰ ਬੋਲੋ ਸਭ ਤੇ ਮਹਾਰ ਕਹਿੰਦੇ ਸਭ ਸਾਰੀ ਗੁਰ ਪੂਜਨੀ ਗੁਰੂ ਨਾਨਕ ਸਾਹਿਬ ਜੀ ਦਾ ਜਸ ਬੋਲੋ ਸਾਰੇ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਗੁਰੂ ਜਪ ਕੇ ਗੁਰੂ ਦਾ ਉਪਦੇਸ਼ ਧਾਰਨ ਕਰਕੇ ਗੁਰ ਆਖ ਗੁਰੂ ਜੀ ਵਾਈ ਆ ਉਹਨਾਂ ਨੂੰ ਗੁਰੂ ਸਾਹਿਬ ਭਾਈ ਆਤਮਕ ਜੀਵਨ ਦੇ ਦਿੰਦੇ ਹੈ ਆਤਮਕ ਮੌਤ ਮਰਿਆ ਹੋਇਆ ਨੂੰ ਜੀ ਦਾਨ ਦੇ ਭਗਤੀ ਲੈਣ ਹਰਸੋਂ ਲੈਣ ਮਰਾ ਤੇ ਇਹ ਉਹਨਾਂ ਨੂੰ ਜੀ ਦਾਨ ਦੇ ਹੋ ਜੀ ਪੰਗਤੀ ਕੀ ਰਹਿੰਦੀ ਹੈ ਪੰਗਤੀ ਪੂਰੀ ਹੋ ਗਈ ਕੀ ਰਹਿੰਦੀ ਹੈ ਹਾਂਜੀ ਸ਼ਬਦ ਪੂਰਾ ਹੋ ਗਿਆ ਕੀ ਰਹਿੰਦਾ ਹਾਂਜੀ ਹਾਂਜੀ ਪੂਰਾ ਹੋ ਗਿਆ ਤੇ ਇਉਂ ਸਾਸ ਜੀ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਇਹ ਗੁਰੂ ਅਮਰਦਾਸ ਮਹਾਰਾਜ ਦੇ ਸਲੋਕ ਤੇ ਮਹੱਲਾ ਤੇ ਪੌੜੀ ਗੁਰੂ ਰਾਮਦਾਸ ਮਹਾਰਾਜ ਦੀ ਇਹ ਸਤਿਗੁਰੂ ਮਹਾਰਾਜ ਦਾ ਅੱਜ ਦਾ ਮੁੱਖ ਵਾਕ ਸੀ ਜਿਹਦੀ ਤੁੱਛ ਬੁੱਧੀ ਅਨੁਸਾਰ ਜੋ ਮਹਾਂਪੁਰਖਾਂ ਦੇ ਕੋਲੋਂ ਸੰਪਰਦਾ ਦੇ ਵਿੱਚੋਂ ਅਰਥ ਪ੍ਰਾਪਤ ਹੋਏ ਜਿਹੇ ਜਿਹੇ ਮੇਰੀ ਯਾਦਾਸ਼ਤ ਦੇ ਵਿੱਚ ਰਹਿ ਗਏ ਮਹਾਂਪੁਰਖ ਦਾ ਸਮੁੰਦਰ ਦੀ ਨਿਆਈ ਸੀ ਸਾਧ ਸਿੰਘ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਜੋ ਉਹਨਾਂ ਦੀ ਰਸਨਾ ਤੋਂ ਸੁਣੇ ਪਕਾਏ ਵਿਚਾਰੇ ਉਹਨਾਂ ਦੇ ਪਹਿਰੇ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਢਾਡੀ ਸਿੰਘ ਸਾਹਿਬਾਨ ਆ ਗਏ ਨੇ ਅੱਗੇ ਰੌਣਕਾਂ ਲਾਉਣਗੇ ਆਹ ਹੁਣ ਇੱਥੇ ਸਮਾਪਤੀ ਹੈ ਜੀ ਭੁੱਲਾਂ ਚੁੱਕਾਂ ਦੀ ਖੇਮਾ ਕਰੇ ਪਿਛਲੀ ਤੁੱਕ ਬੋਲਦੇ ਜੀ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਥ ਅਗਮ ਪੂਰਨ ਮੋਹੇ ਮਯਾ ਤਾਰ ਅੰਧ ਗੂਪ ਮਹਾਪਿਆਨ ਨਾਨਕ ਬਾਰੇ ਉਤਾਰ ਆਈ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵ ਦੇ ਬਾਰੇ ਉਤਾਰਨ ਜੋ ਸਰਦਾ ਕਰ ਸੇਵ ਦੇ ਬਾਰੇ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।